됐어? 됐어. 하하. 하하. 엄마, 엄마. 한지. 집어들만 못해가 들란 게. 비실리 바사노라 그리데. 옛날 거침을했시 클로네 초콜릿다 커플에 겐나마사야시. 마베다라버데만 못해가. 키케 마라보. पहला तो स्कूल वाला काम सारा खत्म कर ले, फिर निन्नी करी, फिर सेरे उठ के वड्डे मामू घर चलांगे, ठीक है? हाँ। चलो कर लो पहला काम, शाबाश। बोलो उड़ा, उड़ा, एड़ा, एड़ा, कीड़ी, कीड़ी, ससा, ससा, हा हा, हा हा, ठीक है। मेरा सोना पुत पढ़ता भी ऐसी, परमीत। हाँ जी। जरा पानी तले आ। ठीक है। नाले और रखड़ियां भी ले आई। ਜਿਹੜੀਆਂ ਤੂੰ ਆਪਣੇ ਵੀਰਾ ਵਾਸਤੇ ਲਈਆਂ ਸੀ। ਚੰਗਾ, ਤੁਸੀਂ ਇਹਨੂੰ ਬਿਠਾਓ ਤੇ ਮੈਂ ਲੈ ਕੇ ਆਈ। ਹਾਂ ਮੇਰਾ ਪੁੱਤ ਇੱਥੇ ਬੈਠ। ਰਬੜ ਕਿੰਨੀ ਸੋਹਣੀ ਹੈ। ਓਏ ਮੇਰੇ ਪੁੱਤ ਦੀ ਹੈ। ਲਿਆ ਮੇਰਾ ਪੁੱਤ। ਹੈਲੋ ਪਾਣੀ। ਆ ਵੇਖੋ ਮੇਰੇ ਵੱਡੇ ਵੀਰ ਲਈ ਕਿੰਨੀ ਸੋਹਣੀ ਰੱਖੜੀ ਲਿਆਂਦੀ ਮੈਂ, ਵੇਖੋ। ਲਿਆ ਦਿਖਾ। ਕਿੰਨੀ ਸੋਹਣੀ ਰੱਖੜੀ ਹੈ ਤੇ ਹੋਰ ਇਹ ਨਾਲ ਵਧੀਆ ਤੇ ਮਹਿੰਗੀ ਮਠਾਈ ਵਾਲਾ ਡੱਬਾ। ਤੁਸੀਂ ਕੋ ਰੱਖੜੀ ਪਰਨੀਤ ਵੱਡੇ ਵੀਰ ਵਾਸਤੇ ਤਾਂ ਠੀਕ ਹੈ ਪਰ ਕਰਮੇ ਵਾਸਤੇ ਨਾ, ਉਹਦੇ ਵਾਸਤੇ ਰਾਹ ਜਾਂਦੇ ਹੋਏ ਲੈ ਲਾਂਗੇ ਰੱਖੜੀ। ਰਾਹ ਜਾਂਦੇ ਹੋ? ਮੈਂ ਸਮਝਿਆ ਨਹੀਂ। ਨਾਲੇ ਉਹਨੇ ਕਿਹੜਾ ਸੰਭਾਲਣੀ ਹੈ? ਕਿਉਂ? ਓਹੋ ਵੱਡਾ ਵੀਰ ਮੇਰਾ ਅਫਸਰ ਹੈ ਅਫਸਰ, ਨਾਲੇ ਚਾਰ ਬੰਦਿਆਂ 'ਚ ਜਦੋਂ ਬੈਠੂਗਾ ਨਾ ਗੁੱਟ ਤੇ ਵੱਜੀ ਰੱਖੜੀ ਸੋਹਣੀ ਤਾਂ ਲੱਗੂਗੀ। ਤੇ ਕਰਮਾ ਉਹਦਾ ਕੀ ਹੈ, ਮਜ਼ਦੂਰ ਬੰਦਾ, ਉਹਦੇ ਵੱਜੇਗੀ ਰੱਖੜੀ, ਕਦੋਂ ਟੁੱਟ ਗਈ ਕਦੋਂ ਖੁੱਲ ਗਈ ਕਿਹੜਾ ਪਤਾ ਲੱਗਣਾ। ਤੁਸੀਂ ਵੀ ਨਾ, ਨਾਲੇ ਮੇਰੀ ਗੱਲ ਸੁਣੋ, ਪਿਛਲੇ ਵਾਰੀ ਵੀ ਵੱਡੇ ਵੀਰ ਸਾਹਮਣੇ ਤੁਸੀਂ ਮੇਰੀ ਬੇਇੱਜ਼ਤੀ ਕਰਵਾਤੀ ਸੀ, ਇਸ ਵਾਰ ਚੰਗੀ ਤਰ੍ਹਾਂ ਮੋਟਰਸਾਈਕਲ ਧੋ ਕੇ ਲੈ ਕੇ ਜਾਣਾ, ਠੀਕ ਹੈ? ਪਤਾ ਕਿੰਨਾ ਮਜ਼ਾਕ ਉਡਾਇਆ ਸੀ ਉਹਨਾਂ ਨੇ ਸਾਡਾ, ਕਰ ਲਿਓ ਚੰਗੀ ਤਰ੍ਹਾਂ ਸਾਫ਼, ਸੁਣ ਗਿਆ? ਜੇ ਮੇਰੀ ਵੀ ਕੋਈ ਭੈਣ ਹੁੰਦੀ ਤਾਂ ਵੀ ਇੱਦਾਂ ਸੋਚਦੀ? ਨਹੀਂ, ਉਹ ਇੱਦਾਂ ਨਹੀਂ ਸੋਚਦੀ। ਵਾਰ ਵਾਰ ਕੀ ਰਿਸ਼ਤੇ ਅਮੀਰੀ ਗਰੀਬੀ ਦੀਆਂ ਕੰਧਾਂ ਤੇ ਟਿਕੇ ਨੇ, ਜੇ ਇਹੋ ਰਿਸ਼ਤੇ ਨੇ ਤਾਂ ਡਾ ਦੇਣੇ ਚਾਹੀਦੇ ਨੇ, ਉਹ ਜਿਹੇ ਰਿਸ਼ਤੇ ਡਾ ਦੇਣੇ ਚਾਹੀਦੇ। ਮੈਂ
ਵਾਜਾ ਪ੍ਰਨੀਤ ਆ ਗਈ ਜੀ। ਚੱਲ ਮੇਰਾ ਪੁੱਤ ਵੱਡੇ ਮਾਮਾ ਜੀ ਵੱਲ ਚੱਲੀਏ। ਸਮਾਈਲ। ਆ ਮੇਰੀ ਧੀ ਰਾਣੀ। ਬੈਠੋ। ਚਲੋ ਭਈਆ, 100 ਰੁਪਏ ਦੇ ਲੱਡੂ ਦਿਓ। ਚਲੋ ਚਲੋ ਉਤਰੋ, ਸ਼ਾਬਾਸ਼। ਚੱਲ ਮੇਰਾ ਪੁੱਤ, ਚੱਲ ਆ ਜਾ ਮੇਰਾ ਪੁੱਤ। ਆ ਜਾਓ ਹੁਣ ਤੁਸੀਂ ਵੀ। ਮੇਰਾ ਪੁੱਤ, ਕੀ ਗੱਲ, ਕੋਈ ਆ ਹੀ ਨਹੀਂ ਰਿਹਾ? ਕੋਈ ਨਾ, ਕਈ ਵਾਰ ਬਿਜ਼ੀ ਹੁੰਦੇ, ਆ ਜਾਣਗੇ, ਤੂੰ ਚਿੰਤਾ ਨਾ ਕਰ। ਪ੍ਰਵੀਨ ਭਾਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸਾਹਿਬ, ਕੀ ਹਾਲ ਚਾਲ ਨੇ? ਇੱਧਰ ਕਿੱਧਰ ਖੜੇ ਹੋ? ਬਸ ਜੀ, ਰੱਖੜੀ ਲਈ ਆਏ ਸੀਗੇ ਟਿੱਕਾ ਭਾਜੀ ਵੱਲ। ਇਹ ਤਾਂ 3-4 ਦਿਨ ਹੋ ਗਏ ਘੁੰਮਣ ਗਏ ਹੋਏ, ਬੱਚਿਆਂ ਨੂੰ ਲੈ ਕੇ ਬਾਹਰ ਗਏ ਹੋਏ ਨੇ। ਠੀਕ ਹੈ ਜੀ, ਠੀਕ ਹੈ ਭਾਜੀ, ਮਿਲਦੇ ਹਾਂ ਦੁਬਾਰਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੋਈ ਨਾ ਪ੍ਰਨੀਤ, ਵੱਡੇ ਲੋਕ ਨੇ, ਭੁੱਲ ਗਏ ਹੋਣੇ, ਨਾਲੇ ਰੱਖੜੀ ਦਾ ਕੀ ਹੈ, ਨਹੀਂ ਰਹਿੰਦਾ ਕਈ ਵਾਰ ਯਾਰ, ਵੱਡੇ ਅਫਸਰ ਨੇ, ਆਪਾਂ ਕਰਮੇ ਵੱਲ ਹੋਆ ਹੀ ਹੈ। ਚੱਲ ਆ ਜਾ ਹੁਣ, ਚਲੋ ਬੈਠ ਮੇਰਾ ਪੁੱਤ। ਮੀਂਹ ਨੂੰ ਵੀ ਅੱਜ ਹੀ ਪੈਣਾ ਸੀ,
ਸਾਰੀ ਛੱਤ ਛੋੜ ਲਈ। ਉੱਪਰ ਭੈਣ ਵੀ ਆਉਣ ਵਾਲੀ, ਉਹ ਕੀ ਸੋਚੇਗੀ? ਪਰ ਮੇਰੀ ਭੈਣ ਇੱਦਾਂ ਕਿਉਂ ਸੋਚੇਗੀ? ਨਹੀਂ, ਇਹ ਚੀਜ਼ਾਂ ਸਾਡੇ ਦੋਵਾਂ ਦਾ ਪਿਆਰ ਘੱਟ ਨਹੀਂ ਕਰ ਸਕਦੀ। ਝੂਠਾ ਵੀਰ ਜਿਵੇਂ ਉਹਦਾ, ਆ ਗਈ ਮੇਰੀ ਮੱਡੋ ਭੈਣ। ਰਣਜੀਤੇ ਬਾਹਰ ਆ ਕੇ, ਮੇਰੀ ਭੈਣ ਆਈ ਹੈ ਤੇਲ ਚੋਆ ਕੇ। ਆਈ ਜੀ। ਹੋਰ ਪੱਪੀ ਭਾਜੀ ਕੀ ਹਾਲ ਚਾਲ ਨੇ? ਠੀਕ ਹੋ ਤੁਸੀਂ? ਵਧੀਆ ਕਰਮੇ। ਆਜੋ ਆਜੋ ਅੰਦਰ। ਮੇਰਾ ਪੁੱਤਰ, ਮੇਰੀ ਧੀ ਰਾਣੀ, ਆਜੋ ਆਜੋ ਆਜੋ। ਚੱਲ ਪ੍ਰਨੀਤ, ਚੱਲ ਮੇਰੀ ਭੈਣ ਲੰਘ ਗਿਆ, ਆਪਣਾ ਘਰ ਹੀ ਹੈ। ਹਾਂ ਚਲੋ ਚਲੋ ਆਓ ਭੈਣ ਜੀ। ਕੀ ਆਇਆ ਨੂੰ? ਦੇਖੇ ਤੇਰੇ ਭਰਾ ਨੂੰ ਕਿੰਨਾ ਚਾਹ ਚੜੇ ਤੇਰੇ ਆਉਣ ਨਾਲ। ਤੂੰ ਐਵੇਂ ਹੀ ਗੁੱਡੀ ਤਾਂ ਆਂਦੇ ਹੀ ਸੋ ਗਈ, ਥੱਕ ਗਈ ਹੋਣੀ ਨਾ, ਸਵੇਰ ਦੇ ਨਿਕਲੇ ਹੋਏ ਸੀ ਨਾ ਭਗਵਾਨੇ। ਲਓ ਲਓ ਜੀ। ਰਜੋ, ਇਹ ਸਭ ਕਰਨ ਦੀ ਕੀ ਲੋੜ ਸੀ ਭਲਾ? ਲੈ ਪਹਿਲਾਂ ਰੱਖੜੀ ਕਿਹੜਾ ਰੋਜ਼ ਰੋਜ਼ ਆਉਂਦੀ ਹੈ, ਨਾਲੇ ਮੈਂ ਉਹਨਾਂ 'ਚੋਂ ਨਹੀਂ ਜਿਹੜੀਆਂ ਸੱਸ ਤੁਰ ਜਾਣ ਦੇ ਬਾਅਦ ਧੀਆਂ ਨੂੰ ਪੇਕਿਆਂ ਤੋਂ ਦੂਰ ਹੀ ਕਰ ਦੇ। ਚੱਲ ਹੁਣ ਪਹਿਲਾਂ ਸੁੱਚੇ ਮੂੰਹ ਆਪਣੇ ਸੋਹਣੇ ਵੀਰ ਕਰਮੇ ਦੇ ਰੱਖੜੀ ਪੜਦੇ। ਉਹੀ ਹੈ ਸਸਤੇ ਵਾਲਾ ਕਰਮੇ ਲਈ। ਇਹ ਮਹਿੰਗੇ ਵਾਲਾ ਵੱਡੇ ਵੀਰ ਵਾਸਤੇ ਨਹੀਂ ਸੀ? ਚੁੱਪ ਕਰੋ। ਕਰਮਿਆ, ਆ ਕੀ ਹੋਇਆ, ਤੇਰੇ ਸੱਟ ਲੱਗੀ? ਲੱਕੜ ਵਾਲੇ ਨਹੀਂ ਆਏ, ਮੈਂ ਦੋ ਪੀਸ ਕਟਾਣੇ ਸੀ, ਹੁਣ ਕੌਣ ਕੱਟੂਗਾ? ਬਾਹਰੋਂ ਬੰਦਾ ਬੁਲਾਓ ਯਾਰ, ਕੋਈ ਪੈਸੇ ਦੇ ਜਾ। ਸਭ ਮੈਂ ਕੱਟ ਦੇਣਾ ਲੱਕੜ। ਯਾਰ ਤੂੰ ਸਾਫ਼ ਸਫ਼ਾਈ ਕਰਨ ਵਾਲਾ ਨਹੀਂ ਆ? ਸਭ ਮੈਂ ਜਾਣਦਾ ਲੱਕੜ ਦਾ ਕੰਮ। ਉਹ ਤੈਨੂੰ ਕੀ ਪਤਾ ਲੱਕੜ ਦਾ? ਯਾਰ ਮੈਂ ਕੱਟ ਦੂੰਗਾ ਸਰ, ਮੈਂ ਕੀਤਾ ਪਿਆ ਪਹਿਲਾ ਕੰਮ। ਠੀਕ ਹੈ, ਹੋ ਜਾ ਸ਼ੁਰੂ। Thank you.
ਕੁਛ ਵੀ ਨਹੀਂ ਭੈਣੇ, ਤੂੰ ਰੱਖੜੀ ਬੰਨ। ਲੈ ਹੁਣ ਮੂੰਹ ਮਿੱਠਾ ਕਰਾ। ਲੈ ਮੂੰਹ ਮਿੱਠਾ ਕਰ। ਇਹ ਲਿਆ ਵੇ। ਜੀਂਦੀ ਰਹਿ ਮੇਰੀ ਭੈਣ। ਪੀਰਾ ਕਿੱਥੇ ਗਿਆ? ਬਸ ਬਸ ਆ ਗਿਆ। ਆ ਗੁੜੀਆ ਵਾਸਤੇ ਖਿਡੌਣੇ ਸੋਹਣੇ ਆ ਨਾ। ਇਹ ਪੱਪੀ ਭਾਜੀ ਤੇ ਤੇਰੇ ਵਾਸਤੇ ਨਵਾਂ ਸੂਟ। ਉਹ ਕਰਮਿਆ ਇਹਦੀ ਕੀ ਲੋੜ ਸੀ, ਕਿਉਂ ਐਵੇਂ ਇਹਨਾਂ ਖਰਚਾ ਕੀਤਾ ਯਾਰ। ਉੱਠੇ ਤੇਰਾ, ਆਪਣੀ ਭੈਣ ਕੋਲ ਬੈਠ। ਨਾਲੇ ਐਫਰ ਆਪਣੇ ਗਰੀਬ ਭਰਾ ਵੱਲੋਂ ਗਰੀਬੀ ਦਾਵਾ ਕਬੂਲ ਕਰ। ਮੇਰੀ ਨਾਲੇ ਭੈਣੇ ਆਪਣੀ ਰੱਖੜੀ ਦਾ ਫਰਜ਼ ਹਮੇਸ਼ਾ ਯਾਦ ਰੱਖਾਂਗਾ। ਮੈਂ ਤੇਰੇ ਤੱਤੀ ਹਵਾ ਨਹੀਂ ਲੱਗਣ ਦਿੰਦਾ। ਅਰੇ ਪੱਪੀ ਪਾ, ਮੇਰਾ ਹੁਕਮ ਹੈ, ਤੁਸੀਂ ਦੋਨੋਂ ਅੱਜ ਨਹੀਂ ਜਾਓਗੇ, ਕੱਲ ਜਾਓਗੇ। ਠੀਕ ਹੈ ਭੈਣੇ, ਇੰਨੀ ਕੁ ਤਾਂ ਮੰਨੇਗੀ ਭਰਾ ਦੀ। ਨਾਲੇ ਪੱਪੀ ਪਾ ਕਿਹੜਾ ਰੋਜ਼ ਰੋਜ਼ ਆਉਂਦਾ ਹੈ। ਕਰਮਿਆ ਮੈਨੂੰ ਮਾਣ ਹੈ ਤੇਰੇ ਤੇ। ਪੱਪੀ ਪਾ ਥੋੜੀ ਥੋੜੀ ਫੇ। ਹਾਂ ਕਿਉਂ ਨਹੀਂ ਕਿਉਂ ਨਹੀਂ। ਜਿੰਦੀ ਰਹਿ ਮੇਰੀ ਭੈਣ। ਰੱਖੜੀ ਕੱਚੇ ਧਾਗੇ ਦਾ ਪੱਕਾ ਰਿਸ਼ਤਾ। ਤੁਹਾਨੂੰ ਸਾਰਿਆਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ।